ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਬਦਲ ਸਕਦੀ ਹੈ ਕੈਨੇਡਾ ਦੀ ਪੋਸਟ ਸਟੱਡੀ ਵਰਕ ਪਰਮਿਟ ਸਕੀਮ। ਕੈਨੇਡਾ 'ਚ ਪੜ੍ਹਾਈ ਕਰ ਰਹੇ ਲੱਖਾਂ ਸਟੂਡੈਂਟਸ 'ਤੇ ਹੋਵੇਗਾ ਅਸਰ। ਇਲਜ਼ਾਮਾਂ ਤੋਂ ਬਾਅਦ ਟਰੂਡੋ ਅਤੇ ਮੋਦੀ ਦੀ ਹੋਈ ਮੁਲਾਕਾਤ। G7 ਸੰਮੇਲਨ ਲਈ ਦੋਵੇਂ ਲੀਡਰ ਪਹੁੰਚੇ ਹੋਏ ਨੇ ਇਟਲੀ। ਜਗਮੀਤ ਸਿੰਘ ਨੇ ਵਿਦੇਸ਼ੀ ਤਾਕਤਾਂ ਦੀ ਮਦਦ ਕਰਨ ਵਾਲਿਆਂ ਨੂੰ ਦੱਸਿਆ ਦੇਸ਼ ਧਰੋਹੀ। ਜਗਮੀਤ ਸਿੰਘ ਨੇ ਕਿਹਾ ਕਿ ਉਹ ਖੁਦ ਵੀ ਵਿਦੇਸ਼ੀ ਦਖਲ ਦਾ ਨਿਸ਼ਾਨਾ ਬਣ ਚੁੱਕੇ ਨੇ। ਸਾਬਕਾ ਏਅਰ ਕੈਨੇਡਾ ਮੈਨੇਜਰ ਕਰੇਗਾ ਆਤਮ ਸਮਰਪਣ। ਸੋਨੇ ਦੀ ਚੋਰੀ ਦੇ ਮਾਮਲੇ 'ਚ ਲੋੜੀਂਦਾ ਹੈ ਆਰੋਪੀ ਪੰਜਾਬੀ। ਕੈਨੇਡਾ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਸਕੀਮ 'ਚ ਕਈ ਵੱਡੇ ਬਦਲਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਇੱਥੇ ਵਸਣ ਵਾਲੇ ਵਿਦੇਸ਼ੀ ਵਿਦਿਆਰਥੀਆਂ, ਖਾਸ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਕੈਨੇਡਾ ਨਿਯਮ ਸਖਤ ਕਰਨ ਜਾ ਰਿਹਾ ਹੈ, ਜਿਸ ਤੋਂ ਬਾਅਦ ਹਰ ਕਿਸੇ ਲਈ ਵਰਕ ਪਰਮਿਟ ਲੈਣਾ ਆਸਾਨ ਨਹੀਂ ਹੋਵੇਗਾ। ਅਸਲ 'ਚ ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਪੜ੍ਹਾਈ ਅਤੇ ਕੰਮ ਕਰਨ ਲਈ ਇੱਕ ਪਸੰਦੀਦਾ ਸਥਾਨ ਬਣਿਆ ਹੋਇਆ ਹੈ। ਕੈਨੇਡਾ ਸਰਕਾਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ 'ਚ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਪਹਿਲਕਦਮੀ ਕੈਨੇਡਾ 'ਚ ਪੜ੍ਹਨ ਅਤੇ ਕੰਮ ਕਰਨ ਦੇ ਟੀਚੇ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਐਨ ਦੇ ਖੇਤਰ 'ਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਨੇ ਕੈਨੇਡੀਅਨ ਵਿੱਦਿਅਕ ਸੰਸਥਾਵਾਂ 'ਚ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ। ਵਰਤਮਾਨ 'ਚ ਵਰਕ ਪਰਮਿਟ ਦੀ ਮਿਆਦ 8 ਮਹੀਨਿਆਂ ਤੋਂ 3 ਸਾਲ ਤੱਕ ਹੋ ਸਕਦੀ ਹੈ। ਇਸ ਨਿਯਮ ਨੇ ਕੈਨੇਡਾ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਸਥਾਨ ਬਣਾ ਦਿੱਤਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਕੈਨੇਡਾ ਦੀ ਯੋਜਨਾ ਮੌਜੂਦਾ ਸਮੇਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਸਕੀਮ, ਜੋ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਉਪਲਬਧ ਹੈ, ਉਸ ਨੂੰ ਸਿਰਫ ਸੀਮਤ ਗਿਣਤੀ 'ਚ ਵਿਦਿਆਰਥੀਆਂ ਨੂੰ ਉਪਲਬਧ ਕਰਵਾਇਆ ਜਾਵੇਗਾ। ਸਿਰਫ ਉਸੇ ਖੇਤਰ ਦੇ ਉਮੀਦਵਾਰਾਂ ਨੂੰ ਵਰਕ ਪਰਮਿਟ ਸਕੀਮ ਦਾ ਲਾਭ ਲੈਣ ਦਾ ਮੌਕਾ ਮਿਲੇ ਜਿੱਥੇ ਕਾਮਿਆਂ ਦੀ ਘਾਟ ਹੈ। ਇਸ ਨਾਲ ਉਮੀਦਵਾਰ ਆਪਣੇ ਖੇਤਰ 'ਚ ਤਜਰਬਾ ਵੀ ਹਾਸਲ ਕਰ ਸਕਣਗੇ ਅਤੇ ਜਿਨ੍ਹਾਂ ਖੇਤਰਾਂ 'ਚ ਕਾਮੇ ਨਹੀਂ ਮਿਲ ਸਕੇ ਉਹਨਾਂ 'ਚ ਕਾਮੇ ਵੀ ਲੱਭ ਜਾਣਗੇ। ਕੈਨੇਡਾ ਸਰਕਾਰ ਨੇ ਲੇਬਰ ਮਾਰਕੀਟ ਦੀਆਂ ਮੰਗਾਂ ਦੇ ਨਾਲ PGWVP ਯੋਗਤਾ ਦਾ ਪ੍ਰਬੰਧਨ ਕਰਨ ਲਈ ਸਥਾਨਕ ਸਰਕਾਰਾਂ ਨਾਲ ਸਲਾਹ ਮਸ਼ਵਰਾ ਸ਼ੁਰੂ ਕੀਤਾ ਹੈ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪ੍ਰੋਗਰਾਮ ਦੇ ਲਾਭ ਮੁੱਖ ਤੌਰ 'ਤੇ ਉਹਨਾਂ ਗ੍ਰੈਜੂਏਟਸ ਤੱਕ ਪਹੁੰਚਾਏ ਜਾਣ ਜੋ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਖੇਤਰਾਂ 'ਚ ਕੰਮ ਕਰ ਸਕਦੇ ਨੇ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਬ੍ਰੀਫਿੰਗ ਪੇਪਰ ਅਨੁਸਾਰ ਸਰਕਾਰ ਕਈ ਪਹਿਲੂਆਂ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਦਾ ਟੀਚਾ 2024 ਦੇ ਅੰਤ ਤੱਕ ਇਹਨਾਂ ਤਬਦੀਲੀਆਂ ਨੂੰ ਅੰਤਿਮ ਰੂਪ ਦੇਣ ਦਾ ਹੈ। ਇਹਨਾਂ ਨੂੰ ਜਨਵਰੀ 2025 ਤੱਕ ਲਾਗੂ ਕਰਨ ਦਾ ਟੀਚਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਵਿਦਿਆਰਥੀ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਨੇ। 2023 ਤੱਕ ਕੈਨੇਡਾ 'ਚ ਸਟੱਡੀ ਪਰਮਿਟ ਵਾਲੇ 40% ਲੋਕ ਭਾਰਤ ਤੋਂ ਸਨ। ਮੋਟੇ ਤੌਰ 'ਤੇ ਇਸ ਯੋਜਨਾ ਨੂੰ ਮੁੜ ਆਨਲਾਈਨ ਕਰਕੇ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਉਹਨਾਂ ਉਮੀਦਵਾਰਾਂ ਨੂੰ ਵਰਕ ਪਰਮਿਟ ਲੈਣ 'ਚ ਦਿੱਕਤ ਆਵੇਗੀ ਜੋ ਅਜਿਹੇ ਖੇਤਰ ਤੋਂ ਨਹੀਂ ਨੇ ਜਿੱਥੇ ਵਰਕਰਾਂ ਦੀ ਕਮੀ ਹੈ। ਸਮੁੱਚੇ ਤੌਰ 'ਤੇ ਕੈਨੇਡਾ ਇਸ ਸਹੂਲਤ ਨੂੰ ਇਸ ਤਰੀਕੇ ਨਾਲ ਵੰਡਣਾ ਚਾਹੁੰਦਾ ਹੈ ਕਿ ਇਸ ਨਾਲ ਉਹਨਾਂ ਦੀ ਲੇਬਰ ਮਾਰਕੀਟ ਨੂੰ ਫਾਇਦਾ ਹੋਵੇ ਅਤੇ ਜਿੱਥੇ ਕਰਮਚਾਰੀਆਂ ਦੀ ਕਮੀ ਹੈ ਉਸ ਘਾਟ ਨੂੰ ਪੂਰਾ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਭਾਰਤ 'ਤੇ ਇਲਜ਼ਾਮ ਲਗਾਉਣ ਤੋਂ ਬਾਅਦ ਪਹਿਲੀ ਵਾਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੂਡੋ ਦੀ ਮੁਲਾਕਾਤ ਹੋਈ। ਦਰਅਸਲ ਟਰੂਡੋ ਅਤੇ ਮੋਦੀ ਦੋਵੇਂ G7 ਦੇਸ਼ਾਂ ਦੀ ਬੈਠਕ 'ਚ ਹਿੱਸਾ ਲੈਣ ਇਟਲੀ ਪਹੁੰਚੇ ਹੋਏ ਨੇ। ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਪੋਸਟ ਕੀਤੀ ਜਿਸ ਵਿੱਚ ਦੋਵੇਂ ਲੀਡਰ ਹੱਥ ਮਿਲਾ ਰਹੇ ਨੇ। ਦੋਵਾਂ ਲੀਡਰਾਂ ਦਰਮਿਆਨ ਹੋਈ ਕੋਈ ਦੁਵੱਲੀ ਬੈਠਕ ਤੈਅ ਨਹੀਂ ਹੈ। ਪ੍ਰਧਾਨ ਮੰਤਰੀ ਦਫ਼ਤਰ ਦੀ ਇੱਕ ਬੁਲਾਰਨ ਐਨ ਕਲਾਰਾ ਵੈਲਨਕੋਟ ਨੇ ਇੱਕ ਮੀਡੀਆ ਬਿਆਨ 'ਚ ਕਿਹਾ, ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੇ ਮੁੜ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਨੇਤਾਵਾਂ ਨੇ ਦੁਵੱਲੇ ਸੰਬੰਧਾਂ 'ਤੇ ਸੰਖੇਪ ਚਰਚਾ ਕੀਤੀ। ਬੇਸ਼ੱਕ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਇਸ ਸਮੇਂ ਮਹੱਤਵਪੂਰਨ ਮੁੱਦੇ ਹਨ,
ਪਰ ਇਸ ਸਮੇਂ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤ ਉਹਨਾਂ ਦੇਸ਼ਾਂ ਵਿੱਚੋਂ ਇੱਕ ਸੀ ਜਿਸ ਨੂੰ ਪ੍ਰਮੁੱਖ ਉੱਨਤ ਜਮਹੂਰੀ ਦੇਸ਼ਾਂ G7 ਦੇ ਇਸ ਸਾਲ ਦੇ ਸਾਲਾਨਾ ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ। G7 ਦਾ ਮੈਂਬਰ ਨਹੀਂ ਹੈ ਭਾਰਤ। ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਸਮੇਤ ਵਿਸ਼ਵ ਲੀਡਰਾਂ ਨਾਲ ਦੁਵੱਲੀ ਮੀਟਿੰਗਾਂ ਕੀਤੀਆਂ, ਪਰ ਟਰੂਡੋ ਦੀ ਸਰਕਾਰੀ ਮੁਲਾਕਾਤਾਂ ਦੀ ਸਮਾਂ ਸੂਚੀ ਅਨੁਸਾਰ ਟਰੂਡੋ ਦੀ ਮੋਦੀ ਨਾਲ ਕੋਈ ਮੀਟਿੰਗ ਤੈਅ ਨਹੀਂ ਹੈ। ਜਸਟਿਨ ਟਰੂਡੋ ਆਖਰੀ ਵਾਰੀ ਮੋਦੀ ਨੂੰ ਵਿਅਕਤੀਗਤ ਤੌਰ 'ਤੇ ਸਤੰਬਰ 2023 'ਚ ਭਾਰਤ 'ਚ ਆਯੋਜਿਤ G20 ਸੰਮੇਲਨ ਦੌਰਾਨ ਮਿਲੇ ਸਨ। ਉਸੇ ਮਹੀਨੇ ਭਾਰਤ ਦੌਰੇ ਤੋਂ ਵਾਪਸ ਆ ਕੇ ਟਰੂਡੋ ਨੇ ਹਾਊਸ ਆਫ ਕਾਮਨਸ 'ਚ ਇਲਜ਼ਾਮ ਲਗਾਏ ਸਨ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੈ। NDP ਆਗੂ ਜਗਮੀਤ ਸਿੰਘ ਨੇ ਵਿਦੇਸ਼ੀ ਤਾਕਤਾਂ ਦੀ ਕਥਿਤ ਮਦਦ ਕਰਨ ਵਾਲੇ MPs ਨੂੰ ਦੇਸ਼ ਧਰੋਹੀ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਉਹ ਖੁਦ ਵਿਦੇਸ਼ੀ ਦਖਲ ਦਾ ਨਿਸ਼ਾਨਾ ਬਣ ਚੁੱਕੇ ਨੇ। ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ ਦੀ ਧਮਾਕਾਖੇਜ਼ ਰਿਪੋਰਟ ਦਾ ਅਣਸੋਧਿਆ ਰੂਪ ਪੜ੍ਹਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਹ ਰਿਪੋਰਟ ਵਿਚਲੇ ਤੱਥਾਂ ਨਾਲ ਸਹਿਮਤ ਨੇ ਅਤੇ ਇਸ ਨੂੰ ਪੜ੍ਹਨ ਮਗਰੋਂ ਹੋਰ ਚਿੰਤਿਤ ਹੋ ਗਏ ਨੇ। ਪੱਤਰਕਾਰਾਂ ਨਾਲ ਲੰਬੀ ਗੱਲਬਾਤ ਦੌਰਾਨ ਜਗਮੀਤ ਸਿੰਘ ਨੇ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਕਿ ਕੀ ਉਹ ਮੌਜੂਦਾ MPs ਦਾ ਜ਼ਿਕਰ ਕਰ ਰਹੇ ਨੇ। ਉਹਨਾਂ ਕਿਹਾ, ਸਾਫ਼ ਸ਼ਬਦਾਂ 'ਚ ਕਹਾਂ ਤਾਂ ਕਈ MPs ਨੇ ਵਿਦੇਸ਼ੀ ਸਰਕਾਰਾਂ ਦੀ ਮਦਦ ਕੀਤੀ, ਜੋ ਸਿੱਧੇ ਤੌਰ 'ਤੇ ਕੈਨੇਡਾ ਅਤੇ ਕੈਨੇਡੀਅਨਸ ਦਾ ਵੱਡਾ ਨੁਕਸਾਨ ਹੈ। ਜਗਮੀਤ ਸਿੰਘ ਨੇ ਅੱਗੇ ਕਿਹਾ ਕਿ ਕੁਝ ਮਾਮਲੇ ਉਹਨਾਂ ਨੂੰ ਅਪਰਾਧਕ ਮਹਿਸੂਸ ਹੋਏ ਅਤੇ ਇਹਨਾਂ ਮਾਮਲਿਆਂ ਨੂੰ ਅਦਾਲਤ 'ਚ ਲਿਜਾਇਆ ਜਾਣਾ ਚਾਹੀਦਾ ਹੈ। ਜਗਮੀਤ ਸਿੰਘ ਦੀ ਪ੍ਰੈਸ ਕਾਨਫਰੰਸ ਮਗਰੋਂ NDP ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਗਮੀਤ ਸਿੰਘ ਦੀਆਂ ਟਿੱਪਣੀਆਂ ਇਸ ਗੱਲ ਦੀ ਤਸਦੀਕ ਜਾਂ ਖੰਡਨ ਨਹੀਂ ਕਰਦੀਆਂ। ਕਿਹਾ ਕਿ ਰਿਪੋਰਟ ਵਿਚਲੇ MPs ਇਸ ਵੇਲੇ ਵੀ ਸੇਵਾਵਾਂ ਨਿਭਾ ਰਹੇ ਨੇ। ਹੈਰਾਨੀ ਇਸ ਗੱਲ ਦੀ ਹੈ ਕਿ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈਥ ਮੇ ਨੇ ਰਿਪੋਰਟ ਮਗਰੋਂ ਕਿਹਾ ਸੀ ਕਿ ਉਹਨਾਂ ਨੂੰ ਕੋਈ MP ਗੱਦਾਰ ਨਜ਼ਰ ਨਹੀਂ ਆਉਂਦਾ। ਉਹਨਾਂ ਸਵਾਲੀਆ ਲਹਿਜ਼ੇ ਵਿੱਚ ਕਿਹਾ ਸੀ ਕਿ ਸਾਡੇ ਨਾਲ ਬੈਠ ਰਹੇ ਕੁਝ MPs ਕੀ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ ਨੂੰ ਵੇਚ ਰਹੇ ਨੇ? ਜੇ ਕੋਈ ਹੈ ਵੀ ਤਾਂ ਇਸ ਬਾਰੇ ਪੂਰੀ ਰਿਪੋਰਟ 'ਚ ਸਬੂਤ ਪੇਸ਼ ਨਹੀਂ ਕੀਤਾ ਗਿਆ। ਉੱਧਰ ਜਦੋਂ ਜਗਮੀਤ ਸਿੰਘ ਨੂੰ ਐਲਿਜ਼ਾਬੈਥ ਮੇ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰੇ ਪੋਲੀਏਵਰ 'ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਜਗਮੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਮਾਰਚ ਮਹੀਨੇ ਦੌਰਾਨ ਰਿਪੋਰਟ ਪੁੱਜ ਗਈ ਸੀ, ਪਰ ਵਿਰੋਧੀ ਧਿਰ ਦੇ ਆਗੂ ਨੇ ਇਸ ਨੂੰ ਪੜ੍ਹਨ ਦੀ ਖੇਚਲ ਨਹੀਂ ਕੀਤੀ। ਦੱਸ ਦਈਏ ਕਿ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ ਦੀ ਰਿਪੋਰਟ 'ਚ ਕੁਝ MPs ਦਾ ਜ਼ਿਕਰ ਕਰਦਿਆਂ ਇਹਨਾਂ 'ਤੇ ਵਿਦੇਸ਼ੀ ਸਰਕਾਰਾਂ ਤੋਂ ਰਕਮ ਪ੍ਰਾਪਤ ਕਰਨ ਅਤੇ ਗੈਰ ਵਾਜਬ ਤਰੀਕੇ ਨਾਲ ਇਹਨਾਂ ਮੁਲਕਾਂ ਦੀਆਂ ਅੰਬੈਸੀਆਂ ਨਾਲ ਸੰਪਰਕ ਕਰਨ ਦਾ ਦੋਸ਼ ਲਾਇਆ ਗਿਆ ਹੈ, ਪਰ ਅਜਿਹਾ ਕਰਨ ਵਾਲੇ MPs ਦੀ ਗਿਣਤੀ ਨਹੀਂ ਦੱਸੀ ਗਈ। ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਪਿਛਲੇ ਸਾਲ ਹੋਈ ਸੋਨੇ ਦੀ ਚੋਰੀ 'ਚ ਕਥਿਤ ਭੂਮਿਕਾ ਨਿਭਾਉਣ ਵਾਲਾ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਖੁਦ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। April 2023 'ਚ ਟੋਰਾਂਟੋ ਏਅਰਪੋਰਟ ਤੋਂ ਹੋਈ $20 million ਤੋਂ ਵੱਧ ਦੇ ਸੋਨੇ ਦੀ ਚੋਰੀ ਦੇ ਮਾਮਲੇ 'ਚ ਸਿਮਰਨਪ੍ਰੀਤ ਪਨੇਸਰ ਵਾਂਟਡ ਹੈ। ਉਸ ਦੇ ਵਕੀਲ ਗ੍ਰੈਗ ਲਾਫੋਟੇਨ ਨੇ ਇੱਕ ਬਿਆਨ 'ਚ ਕਿਹਾ ਕਿ ਪਨੇਸਰ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਉਸਨੇ ਕਿਹਾ ਕਿ ਜਦੋਂ ਇਹ ਮੁਕੱਦਮਾ ਖਤਮ ਹੋਵੇਗਾ ਤਾਂ ਉਹ ਕਿਸੇ ਵੀ ਗੜਬੜੀ ਦੇ ਦੋਸ਼ ਤੋਂ ਮੁਕਤ ਹੋ ਜਾਵੇਗਾ। ਪੁਲਿਸ ਅਨੁਸਾਰ ਪਨੇਸਰ ਨੇ ਪਿਛਲੀਆਂ ਗਰਮੀਆਂ ਦੌਰਾਨ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਗਾਇਬ ਹੋ ਗਿਆ ਸੀ। ਪਨੇਸਰ ਅਤੇ 8 ਹੋਰ ਵਿਅਕਤੀਆਂ ਖਿਲਾਫ ਇਸ ਸਾਲ April 'ਚ ਦੋਸ਼ਾਂ ਦਾ ਐਲਾਨ ਕੀਤਾ ਗਿਆ ਸੀ। ਲਾਫੋਟੈਨ ਨੇ ਕਿਹਾ ਕਿ ਪਨੇਸਰ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਉਹ ਦੋਸ਼ਾਂ ਲਈ ਕੈਨੇਡਾ 'ਚ ਲੋੜੀਂਦਾ ਹੈ ਤਾਂ ਪਨੇਸਰ ਨੇ ਤੁਰੰਤ ਉਹਦੇ ਨਾਲ ਸੰਪਰਕ ਕੀਤਾ। ਵਕੀਲ ਲਾਫੋਟੇਨ ਨੇ ਫਿਰ ਪੁਲਿਸ ਅਤੇ ਸਰਕਾਰੀ ਵਕੀਲ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਪਨੇਸਰ ਅਗਲੇ ਕੁਝ ਹਫ਼ਤਿਆਂ 'ਚ ਖੁਦ ਹੀ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਹੈ।
ਲਾਫੋਂਟੇਨ ਨੇ ਕਿਹਾ ਕਿ ਉਹ ਆਪਣੀ ਪੂਰੀ ਨਿਰਦੋਸ਼ਤਾ ਜ਼ਾਹਰ ਕਰਨ ਦਾ ਮੌਕਾ ਮਿਲਣ ਲਈ ਫਿਕਰਮੰਦ ਹੈ। ਵਕੀਲ ਲਾਫੋਂਟੇਨ ਨੇ ਕਿਹਾ ਕਿ ਪਨੇਸਰ ਕੈਨੇਡਾ ਪਰਤਣ ਦੀ ਤਿਆਰੀ 'ਚ ਵਿਦੇਸ਼ਾਂ 'ਚ ਆਪਣੇ ਮਾਮਲਿਆਂ ਨੂੰ ਨਿਬੇੜ ਰਿਹਾ ਹੈ। ਵਕੀਲ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਨਹੀਂ ਦੱਸਿਆ ਕਿ ਪਨੇਸਰ ਹੈ ਕਿੱਥੇ ਆ, ਪਰ ਮੀਡੀਆ ਇਸ ਸੰਭਾਵਨਾ ਦੀ ਜਾਂਚ ਕਰ ਰਿਹਾ ਹੈ ਕਿ ਉਹ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਵਿੱਚ ਰਹਿ ਰਿਹਾ ਹੈ। ਇਹ ਨਹੀਂ ਮੰਨਿਆ ਜਾ ਰਿਹਾ ਕਿ ਪ੍ਰੀਤੀ ਵੀ ਚੋਰੀ ਵਿੱਚ ਸ਼ਾਮਲ ਸੀ। ਪ੍ਰੀਤੀ ਇੱਕ ਸਾਬਕਾ ਮਿਸ ਇੰਡੀਆ ਯੁਗਾਂਡਾ, ਇੱਕ ਗਾਇਕਾ ਅਤੇ ਅਦਾਕਾਰਾ ਹੈ ਅਤੇ ਜਦੋਂ ਉਹ ਦੋਵੇਂ ਕੈਨੇਡਾ 'ਚ ਰਹਿ ਰਹੇ ਸਨ ਤਾਂ ਉਦੋਂ ਉਸਨੇ ਆਪਣੇ ਪਤੀ ਦੇ ਨਾਲ ਮਿਊਜ਼ਿਕ ਕਰਮਾ ਰਿਕਾਰਡਸ ਦੇ ਲੇਬਲ ਹੇਠ ਗਾਣਿਆਂ ਦੀ ਵੀਡੀਓ ਵੀ ਬਣਾਏ ਸਨ। ਚੋਰੀ ਤੋਂ ਪਹਿਲਾਂ ਪਨੇਸਰ ਪ੍ਰੀਤੀ ਨਾਲ ਪੰਜਾਬੀ ਇੰਡਸਟਰੀ 'ਚ ਆਪਣਾ ਕਰੀਅਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਕੈਲਗਰੀ ਦੀ ਮੇਅਰ ਨੇ ਸਥਿਤੀ ਨੂੰ ਨਾਜ਼ੁਕ ਅਤੇ ਵਿਨਾਸ਼ਕਾਰੀ ਆਖਦਿਆਂ ਕਿਹਾ ਹੈ ਕਿ ਜੇ ਕੈਲਗਰੀ 'ਚ ਪਾਣੀ ਦੀ ਵਰਤੋਂ ਮੌਜੂਦਾ ਦਰ 'ਤੇ ਜਾਰੀ ਰਹਿੰਦੀ ਹੈ ਤਾਂ ਸ਼ਹਿਰ ਨੂੰ ਇਨਡੋਰ ਥਾਵਾਂ ਲਈ ਵੀ ਪਾਣੀ ਦੀਆਂ ਪਾਬੰਦੀਆਂ ਲਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਕੈਲਗਰੀ 'ਚ ਇੱਕ ਅਹਿਮ ਪਾਣੀ ਦੀ ਪਾਈਪ ਟੁੱਟਣ ਦੇ ਮੁੱਦੇ 'ਤੇ ਇੱਕ ਅਪਡੇਟ ਦੌਰਾਨ ਮੇਅਰ ਜੋਤੀ ਗੌਂਡੇਕ ਨੇ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦਿੱਤਾ। ਉਹਨਾਂ ਕਿਹਾ, ਸਾਨੂੰ ਨਹੀਂ ਪਤਾ ਕਿ ਇਹ ਕਿਹੋ ਜਿਹਾ ਹੋ ਸਕਦਾ ਹੈ। ਮੈਂ ਅਸਲ 'ਚ ਉਸ ਪੜਾਅ 'ਤੇ ਨਹੀਂ ਜਾਣਾ ਚਾਹੁੰਦੀ, ਪਰ ਜੇ ਅਸੀਂ ਇਕੱਠੇ ਹੋ ਕੇ ਆਪਣਾ ਹਿੱਸਾ ਨਹੀਂ ਪਾ ਸਕਦੇ ਤਾਂ ਕੁਝ ਪਾਬੰਦੀਆਂ ਲੱਗ ਸਕਦੀਆਂ ਨੇ। 5 ਜੂਨ ਨੂੰ ਬੀਅਰਸਪੋ ਸਾਊਥ ਵਾਟਰ ਮੇਨ, ਜੋ ਕਿ 18 ਕਿਲੋਮੀਟਰ ਲੰਬਾ ਪਾਈਪ ਹੈ ਅਤੇ 2 ਮੀਟਰ ਜਿੰਨਾ ਚੌੜਾ ਇਹਦੇ ਟੁੱਟਣ ਕਰਕੇ ਸ਼ਹਿਰ ਦੇ ਉੱਤਰ ਪੱਛਮ 'ਚ ਸੈਂਕੜੇ ਘਰ ਅਤੇ ਕਾਰੋਬਾਰ ਪਾਣੀ ਤੋਂ ਸੱਖਣੇ ਹੋ ਗਿਆ ਅਤੇ ਕਈ ਸੜਕਾਂ ਅਤੇ ਚੌਰਾਹਿਆਂ ਨੂੰ ਬੰਦ ਕਰਨਾ ਪਿਆ। ਪਾਈਪ ਫਟਣ ਕਾਰਨ ਸ਼ਹਿਰ 'ਚ ਆਊਟਡੋਰ ਥਾਵਾਂ 'ਤੇ ਪਾਣੀ ਦੀ ਵਰਤੋਂ 'ਤੇ ਪਾਬੰਦੀਆਂ ਲੱਗੀਆਂ ਹੋਈਆਂ ਨੇ। ਕੈਲਗਰੀ ਦੀ ਮੇਅਰ ਨੇ ਕਿਹਾ ਕਿ ਸ਼ਹਿਰ ਲਈ ਸੁਰੱਖਿਅਤ ਮੰਨੇ ਜਾਣ ਵਾਲੇ ਪੱਧਰ ਤੋਂ ਪਾਣੀ ਹੇਠਾਂ ਜਾ ਰਿਹਾ ਹੈ ਅਤੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਟੂਟੀਆਂ 'ਚੋਂ ਪਾਣੀ ਆਉਣਾ ਰੁਕ ਜਾਵੇਗਾ। ਉਹਨਾਂ ਕਿਹਾ ਕਿ ਅਜਿਹਾ ਕਦੋਂ ਹੋ ਸਕਦਾ ਹੈ ਜਾਂ ਸ਼ਹਿਰ ਕੋਲ ਕਿੰਨੇ ਦਿਨਾਂ ਲਈ ਪਾਣੀ ਦੀ ਸਪਲਾਈ ਹੈ, ਇਸ ਬਾਰੇ ਕੋਈ ਡੈਡਲਾਈਨ ਨਹੀਂ ਹੈ, ਪਰ ਉਹਨਾਂ ਕਿਹਾ ਕਿ ਜਿੰਨਾ ਪਾਣੀ ਅਸੀਂ ਵਰਤਾਂਗੇ ਟੂਟੀਆਂ ਓਨੀ ਜਲਦੀ ਸੁੱਕ ਜਾਣਗੀਆਂ। ਅਸੀਂ ਪਾਣੀ ਬਚਾਉਣ ਦੇ ਯਤਨ ਨਹੀਂ ਛੱਡ ਸਕਦੇ, ਸਾਨੂੰ ਹੋਰ ਬਿਹਤਰ ਕਰਨ ਦੀ ਲੋੜ ਹੈ। ਬੁੱਧਵਾਰ ਰਾਤ ਨੂੰ 2 ਵਰਕਰਾਂ ਦੇ ਜ਼ਖਮੀ ਹੋਣ ਤੋਂ ਬਾਅਦ ਪਾਈਪ ਦੀ ਮੁਰੰਮਤ ਦਾ ਕੰਮ ਰੁਕ ਗਿਆ ਸੀ, ਪਰ ਵੀਰਵਾਰ ਦੁਪਹਿਰ ਨੂੰ ਇਹ ਕੰਮ ਫਿਰ ਦੁਬਾਰਾ ਸ਼ੁਰੂ ਹੋ ਗਿਆ। ਮੁਰੰਮਤ ਦਾ ਕੰਮ ਕਦੋਂ ਪੂਰਾ ਹੋਵੇਗਾ ਇਸ ਬਾਰੇ ਫਿਲਹਾਲ ਕੋਈ ਸਪਸ਼ਟ ਟਾਈਮਲਾਈਨ ਨਹੀਂ ਹੈ। ਲਹਿਰਾ ਗਾਗਾ ਦੇ ਪਿੰਡ ਲਹਿਲ ਖੁਰਦ ਦੇ ਇੱਕ ਗਰੀਬ ਕਿਸਾਨ ਪਰਿਵਾਰ ਵੱਲੋਂ ਆਪਣੀ ਜ਼ਮੀਨ ਵੇਚ ਕੇ ਰੋਜ਼ੀ ਰੋਟੀ ਲਈ ਕੈਨੇਡਾ ਭੇਜੇ ਗਏ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਾਰਨ ਪੂਰਾ ਪਰਿਵਾਰ ਡੂੰਘੇ ਸਦਮੇ 'ਚ ਹੈ ਅਤੇ ਪਿੰਡ 'ਚ ਵੀ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਮੁਤਾਬਕ ਪਿੰਡ ਲਹਿਲ ਖੁਰਦ ਦੇ ਕਿਸਾਨ ਗੁਰਮੇਲ ਸਿੰਘ ਅਤੇ ਪਰਿਵਾਰਕ ਮੈਂਬਰ ਆਪਣੇ ਵਿਆਹਤਾ ਪੁੱਤਰ ਮਨਦੀਪ ਸਿੰਘ ਨੂੰ 8 ਜੂਨ ਨੂੰ ਖੁਸ਼ੀ ਖੁਸ਼ੀ ਏਅਰਪੋਰਟ ਦਿੱਲੀ ਤੋਂ ਕੈਨੇਡਾ ਲਈ ਜਹਾਜ਼ ਚੜ੍ਹਾ ਕੇ ਆਏ ਸੀ। ਕੈਨੇਡਾ ਪੁੱਜਣ ਤੋਂ 2 ਦਿਨ ਬਾਅਦ ਹੀ ਪਤਾ ਲੱਗਿਆ ਕਿ ਉਹਨਾਂ ਦੇ ਪੁੱਤਰ ਦੀ ਉੱਥੇ 1 ਦਿਨ ਕੰਮ 'ਤੇ ਜਾਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਦੇ ਵਸਨੀਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਦੀਪ ਸਿੰਘ ਪਹਿਲਾਂ ਲਹਿਲ ਖੁਰਦ ਵਿਖੇ ਰਿਲਾਇੰਸ ਪੈਟਰੋਲ ਪੰਪ 'ਤੇ ਕੰਮ ਕਰਦਾ ਸੀ ਅਤੇ ਬਾਅਦ 'ਚ ਉਸਨੇ ਕੈਨੇਡਾ ਜਾਣ ਲਈ ਆਪਣਾ ਮਨ ਬਣਾ ਲਿਆ ਅਤੇ ਮਾਪਿਆਂ ਨੇ ਆਪਣੀ ਜ਼ਮੀਨ ਵੇਚ ਕੇ 35 ਲੱਖ ਤੋਂ ਵੱਧ ਖਰਚ ਕਰਕੇ ਵਰਕ ਪਰਮਿਟ 'ਤੇ ਆਪਣੇ ਪੁੱਤਰ ਨੂੰ 8 ਜੂਨ ਨੂੰ ਖੁਸ਼ੀ ਖੁਸ਼ੀ ਕੈਨੇਡਾ ਭੇਜਿਆ ਸੀ। ਉਸਦੀ ਪਤਨੀ ਅਤੇ ਧੀ ਨੇ ਬਾਅਦ 'ਚ ਵੀਜ਼ਾ ਆਉਣ 'ਤੇ ਕੈਨੇਡਾ ਜਾਣਾ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮਨਦੀਪ ਸਿੰਘ ਨੇ ਕੈਨੇਡਾ ਪੁੱਜਣ ਮਗਰੋਂ 1 ਦਿਨ 8 ਘੰਟੇ ਕੰਮ ਕੀਤਾ ਅਤੇ 2 ਦਿਨ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਇਸ ਸਮੇਂ ਡੂੰਘੇ ਸਦਮੇ 'ਚ ਹੈ। ਅਮਰੀਕਾ ਦੇ ਨਿਊਜਰਸੀ 'ਚ ਇੱਕ ਨੌਜਵਾਨ ਨੇ ਪੰਜਾਬ ਦੇ ਜਲੰਧਰ ਦੀਆਂ 2 ਭੈਣਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ 'ਚ 1 ਦੀ ਮੌਤ ਹੋ ਗਈ ਜਦਕਿ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਨਕੋਦਰ ਦਾ ਰਹਿਣ ਵਾਲਾ ਹੈ।
ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਗੋਲੀਬਾਰੀ 'ਚ ਮਰਨ ਵਾਲੇ ਵਿਅਕਤੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਘਟਨਾ 'ਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖਮੀ ਹੋ ਗਈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਦਾ ਅਮਰੀਕਾ 'ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗੌਰਵ ਗਿੱਲ ਨੂੰ ਬੁੱਧਵਾਰ ਸਵੇਰੇ ਔਰਤਾਂ ਨੂੰ ਗੋਲੀ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਜਾਣਕਾਰੀ ਮੁਤਾਬਕ ਜਸਵੀਰ ਕੌਰ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਦੋਵੇਂ ਜ਼ਖਮੀ ਭੈਣਾਂ ਨੂੰ ਤੁਰੰਤ ਨਿਵਾਰਕ ਦੇ ਹਸਪਤਾਲ ਲਿਜਾਇਆ ਗਿਆ। ਇੱਕ ਅਮਰੀਕੀ ਵੈਬਸਾਈਟ ਨਾਲ ਗੱਲ ਕਰਦੇ ਹੋਏ ਗੁਆਂਢੀ ਜੋਸ਼ ਲੈਨੋਫ ਨੇ ਕਿਹਾ ਉਹ ਡਰਾਈਵਵੇ 'ਤੇ ਲੇਟਿਆ ਹੋਇਆ ਸੀ, ਉਹ ਅਸਲ 'ਚ ਹਿੱਲ ਨਹੀਂ ਰਹੀ ਸੀ। ਫੜੇ ਗਏ ਦੋਸ਼ੀ ਗੌਰਵ ਅਤੇ 20 ਸਾਲਾ ਲੜਕੀ ਜਲੰਧਰ 'ਚ ਇਕੱਠੇ ਆਇਲਸ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਚੰਗੇ ਤਰੀਕੇ ਨਾਲ ਜਾਣਦੇ ਸੀ। ਦੋਵੇਂ ਅਮਰੀਕਾ 'ਚ ਸਨ, ਇਸ ਲਈ ਗੌਰਵ ਨੇ ਮੌਕਾ ਪਾ ਕੇ ਬੁੱਧਵਾਰ ਨੂੰ ਉਸ ਲੜਕੀ 'ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਮੁਤਾਬਕ ਹਮਲੇ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਸੀ, ਜਿਸ ਦਾ CCTV ਫੁਟੇਜ ਵੀ ਸਾਹਮਣੇ ਆਇਆ ਹੈ। CCTV 'ਚ ਅਮਰੀਕਾ ਪੁਲਿਸ ਮੁਲਜ਼ਮ ਨੂੰ ਹਿਰਾਸਤ 'ਚ ਲੈਂਦੀ ਨਜ਼ਰ ਆ ਰਹੀ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਕਤਲ ਦਾ ਹਥਿਆਰ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਮਿਡਲ ਸੈਕਸ ਕਾਊਂਟੀ ਕੋਰਟ 'ਚ ਜੱਜ ਦੇ ਸਾਹਮਣੇ ਪਹਿਲੀ ਵਾਰ ਪੇਸ਼ ਕੀਤਾ। ਸਥਾਨਕ ਪੁਲਿਸ ਨੇ ਦੋਸ਼ੀ 'ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਗੈਰ ਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਦਾ ਮਾਮਲਾ ਦਰਜ ਕੀਤਾ ਹੈ। ਮੰਗਲਵਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਅਮਰੀਕਾ ਅਤੇ ਆਇਰਲੈਂਡ ਵਿਚਾਲੇ ਫਲੋਰੀਡਾ 'ਚ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਮੈਚ 'ਚ ਟੌਸ ਵੀ ਨਹੀਂ ਹੋ ਸਕੀ ਅਤੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਅਮਰੀਕਾ ਅਤੇ ਆਇਰਲੈਂਡ ਵਿਚਾਲੇ ਮੈਚ ਰੱਦ ਹੋਣ ਤੋਂ ਬਾਅਦ ਪਾਕਿਸਤਾਨ T20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਪਾਕਿਸਤਾਨ ਨੂੰ ਸੁਪਰ 8 'ਚ ਪਹੁੰਚਣ ਲਈ ਜ਼ਰੂਰੀ ਸੀ ਕਿ ਆਇਰਲੈਂਡ ਇਸ ਮੈਚ 'ਚ ਅਮਰੀਕਾ ਨੂੰ ਹਰਾਉਂਦਾ, ਪਰ ਅਜਿਹਾ ਨਹੀਂ ਹੋਇਆ ਅਤੇ ਬਾਬਰ ਆਜ਼ਮ ਐਂਡ ਕੰਪਨੀ ਨੂੰ ਬਾਹਰ ਕਰ ਦਿੱਤਾ ਗਿਆ। ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਪਹਿਲੀ ਵਾਰ T20 ਵਿਸ਼ਵ ਕੱਪ 'ਚ ਖੇਡ ਰਹੇ ਅਮਰੀਕਾ ਨੇ ਸੁਪਰ 8 'ਚ ਜਗ੍ਹਾ ਬਣਾ ਲਈ ਹੈ। ਅਮਰੀਕਾ ਨੂੰ ਮੈਚ ਰੱਦ ਹੋਣ ਦਾ ਫਾਇਦਾ ਹੋਇਆ ਅਤੇ ਉਹ ਭਾਰਤ ਤੋਂ ਬਾਅਦ ਗਰੁੱਪ ਏ ਤੋਂ ਸੁਪਰ 8 'ਚ ਜਗ੍ਹਾ ਬਣਾਉਣ ਵਾਲੀ ਦੂਜੀ ਟੀਮ ਬਣ ਗਈ। ਅਮਰੀਕੀ ਟੀਮ ਪਹਿਲੀ ਵਾਰ ਇਸ ਟੂਰਨਾਮੈਂਟ 'ਚ ਖੇਡਣ ਆਈ ਅਤੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਇਸ ਦਾ ਸਭ ਤੋਂ ਜ਼ਿਆਦਾ ਅਸਰ 2009 ਦੀ ਚੈਂਪੀਅਨ ਟੀਮ ਪਾਕਿਸਤਾਨ 'ਤੇ ਪਿਆ, ਜਿਸ ਦਾ ਸਫ਼ਰ ਗਰੁੱਪ ਪੜਾਅ 'ਚ ਹੀ ਰੁਕ ਗਿਆ। ਭਾਰਤ ਨੇ ਲੀਗ ਪੜਾਅ ਦੇ ਆਪਣੇ ਸਾਰੇ ਪਹਿਲੇ 3 ਮੈਚ ਜਿੱਤੇ ਸਨ। ਭਾਰਤ ਨੇ T20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਆਇਰਲੈਂਡ ਖਿਲਾਫ਼ ਮੈਚ ਨਾਲ ਕੀਤੀ। ਇਸ ਤੋਂ ਬਾਅਦ ਰੋਹਿਤ ਐਂਡ ਕੰਪਨੀ ਨੇ ਪਾਕਿਸਤਾਨ ਅਤੇ ਫਿਰ ਅਮਰੀਕਾ ਨੂੰ ਹਰਾਇਆ। ਅਮਰੀਕਾ ਖਿਲਾਫ਼ ਜਿੱਤ ਤੋਂ ਬਾਅਦ ਭਾਰਤੀ ਟੀਮ ਗਰੁੱਪ ਏ ਤੋਂ 6 ਅੰਕਾਂ ਨਾਲ ਸੁਪਰ 8 'ਚ ਪਹੁੰਚ ਗਈ। ਹੁਣ ਅਮਰੀਕਾ ਨੇ ਗਰੁੱਪ ਏ ਤੋਂ ਸੁਪਰ 8 'ਚ ਐਂਟਰੀ ਲੈ ਲਈ ਹੈ। ਅਮਰੀਕਾ ਨੇ ਸੁਪਰ 8 'ਚ ਪਹੁੰਚਣ ਦੇ ਨਾਲ ਹੀ ਪਾਕਿਸਤਾਨ, ਕੈਨੇਡਾ ਅਤੇ ਆਇਰਲੈਂਡ ਵੀ T20 ਵਿਸ਼ਵ ਕੱਪ ਦੇ ਗਰੁੱਪ 'ਚੋਂ ਬਾਹਰ ਹੋ ਗਏ ਨੇ। ਡੋਨਲਡ ਟਰੰਪ ਨੇ ਜੋ ਬਾਈਡਨ ਦੀ ਵੱਧਦੀ ਉਮਰ ਨੂੰ ਆਪਣੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਬਣਾਇਆ। ਟਰੰਪ ਨੇ ਆਪਣੇ ਆਪ ਨੂੰ ਕਦੇ ਕਦੇ ਅਸਥਿਰ 81 ਸਾਲਾ ਡੈਮੋਕ੍ਰੇਟਿਕ ਰਾਸ਼ਟਰਪਤੀ ਦੇ ਇੱਕ ਊਰਜਾਵਾਨ ਵਿਕਲਪ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਰਿਪਬਲਿਕਨ ਸਾਬਕਾ ਰਾਸ਼ਟਰਪਤੀ, ਜੋ ਸ਼ੁੱਕਰਵਾਰ ਨੂੰ ਆਪਣਾ 78ਵਾਂ ਜਨਮਦਿਨ ਮਨਾ ਰਹੇ ਨੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਹੌਲੀ ਹੋਣ ਦੇ ਸੰਕੇਤ ਦਿਖਾਏ ਨੇ। ਲਗਭਗ ਹਰ ਦਿਨ ਟਰੰਪ ਦੀ ਕੰਪੇਨ ਟੀਮ ਜਨਤਕ ਸਮਾਗਮਾਂ 'ਚ ਥੱਕੇ ਜਾਂ ਉਲਝੇ ਹੋਏ ਦਿਖਾਈ ਦੇਣ ਵਾਲੇ ਬਾਈਡਨ ਦੇ ਠੋਕਰ ਜਾਂ ਹੰਗਾਮਾ ਕਰਨ ਦੇ ਵੀਡੀਓ ਜਾਰੀ ਕਰਦੀ ਹੈ। ਹਾਲਾਂਕਿ ਬਾਈਡਨ ਦੀ ਉਮਰ ਨੂੰ ਮੁੱਦਾ ਬਣਾਉਣ ਲਈ ਟਰੰਪ ਦੀ ਵੀ ਆਲੋਚਨਾ ਹੋ ਰਹੀ ਹੈ, ਪਰ ਟਰੰਪ ਦੀ ਟੀਮ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਵੋਟਰ ਟਰੰਪ ਦੀ ਉਮਰ ਵੱਲ ਧਿਆਨ ਨਾ ਦੇਣ। ਜੋ ਬਾਈਡਨ ਤੋਂ ਸਿਰਫ 3.5 ਸਾਲ ਛੋਟੇ ਨੇ ਟਰੰਪ। ਨੇ ਬੀਤੇ ਦਿਨ ਆਪਣਾ 78ਵਾਂ ਜਨਮਦਿਨ ਮਨਾਇਆ।
ਜਿਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਉਹਨਾਂ ਨੂੰ ਆਪਣੇ ਹੀ ਅੰਦਾਜ਼ 'ਚ ਮੁਬਾਰਕਬਾਦ ਦਿੱਤੀ। 78ਵੇਂ ਜਨਮ ਦਿਨ ਦੀ ਵਧਾਈ ਦਿੰਦਿਆਂ ਬਾਈਡਨ ਨੇ ਟਰੰਪ ਦੀਆਂ 78 ਉਪਲਬਧੀਆਂ ਵੀ ਗਿਣਵਾਈਆਂ। ਟਰੰਪ ਦੇ ਰਾਸ਼ਟਰਪਤੀ ਰਹਿੰਦਿਆਂ ਕੀਤੇ ਕੰਮਾਂ ਨਾਲ ਆਪਣੇ ਕੰਮਾਂ ਦੀ ਤੁਲਨਾ ਕੀਤੀ ਅਤੇ ਇੱਕ ਵੀਡੀਓ ਪੋਸਟ ਕੀਤਾ। ਬਾਈਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਇੱਕ ਅਸਫਲ ਅਤੇ ਧੋਖੇਬਾਜ਼ ਵਿਅਕਤੀ ਨੇ। ਬਾਈਡਨ ਨੇ ਇਹ ਵੀ ਲਿਖਿਆ ਕਿ ਟਰੰਪ ਦੇ 79ਵੇਂ ਜਨਮ ਦਿਨ ਲਈ ਸਾਡਾ ਗਿਫਟ ਪਹਿਲਾਂ ਤੋਂ ਇਹ ਸੁਨਿਸ਼ਚਿਤ ਬਣਾਉਣਾ ਹੈ ਕਿ ਤੁਸੀਂ ਫਿਰ ਕਦੀ ਰਾਸ਼ਟਰਪਤੀ ਨਾ ਬਣੋ। G7 ਸੰਮੇਲਨ 'ਚ ਹਿੱਸਾ ਲੈਣ ਲਈ ਇਟਲੀ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਇੱਕ ਵੀਡੀਓ 'ਚ ਵਿਸ਼ਵ ਨੇਤਾਵਾਂ ਤੋਂ ਦੂਰ ਭਟਕਦੇ ਨਜ਼ਰ ਆ ਰਹੇ ਨੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੂਨਕ, ਕੈਨੇਡੀਅਨ PM ਟਰੂਡੋ, ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਅਤੇ ਜਰਮਨ ਚਾਂਸਲਰ ਵਰਗੇ ਜੀ ਸਮੂਹ ਦੇ ਨੇਤਾ ਵੀਡੀਓ 'ਚ ਮੌਜੂਦ ਨੇ। ਸੰਮੇਲਨ ਦੀ ਮੇਜ਼ਬਾਨ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਦੇ ਨਾਲ ਵੀ ਨੇ। ਸਾਰੇ ਨੇਤਾ ਗੱਲਬਾਤ ਸੈਸ਼ਨ ਦੌਰਾਨ ਪੈਰਾਗਲਾਈਡਿੰਗ ਦੇਖ ਰਹੇ ਨੇ। ਇਸ ਦੌਰਾਨ ਪੈਰਾਗਲਾਈਡਰ ਕੋਲ G7 ਦਾ ਝੰਡਾ ਏ। ਜਦੋਂ ਉਹ ਉਤਰਿਆ ਤਾਂ ਸਾਰੇ ਆਗੂ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕਰਨ ਲੱਗੇ। ਇਸ ਦੌਰਾਨ ਬਾਈਡਨ ਗਰੁੱਪ ਦੇ ਦੂਜੇ ਪਾਸੇ ਕਿਸੇ ਨੂੰ ਥੰਬਸ ਅਪ ਕਰ ਰਹੇ ਨੇ। ਇਸ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਮੈਲੇਨੀ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਅੱਗੇ ਵੱਧਦੇ ਨੇ। ਫਿਰ ਉਹ ਬਾਈਡਨ ਦਾ ਹੱਥ ਫੜਦੇ ਨੇ ਅਤੇ ਉਹਨਾਂ ਨੂੰ ਗਰੁੱਪ 'ਚ ਵਾਪਸ ਲਿਆਉਂਦੇ ਨੇ। ਇਸ ਤੋਂ ਬਾਅਦ ਸਾਰੇ ਨੇਤਾ ਪੈਰਾਗਲਾਈਡਰ ਨਾਲ ਗੱਲਬਾਤ ਕਰਨ ਲੱਗੇ। ਕਦੇ ਓਰੇਗਨ ਸੂਬੇ 'ਚ ਐਮਰਜੈਂਸੀ ਸੇਵਾ ਦੇ ਕਰਮੀਆਂ ਨੇ ਵਿਸ਼ਾਲ ਝੂਲੇ 'ਚ ਖਰਾਬੀ ਕਾਰਨ ਕਰੀਬ ਅੱਧੇ ਘੰਟੇ ਤੱਕ ਹਵਾ 'ਚ ਲਟਕ ਰਹੇ 30 ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ। ਇਹ ਝੂਲਾ ਦਹਾਕਾ ਪੁਰਾਣੇ ਮਨੋਰੰਜਨ ਪਾਰਕ 'ਚ ਲਗਾਇਆ ਗਿਆ ਸੀ। ਨੇੜੇ ਹੀ ਇੱਕ ਹੋਰ ਝੂਲੇ 'ਤੇ ਸਵਾਰ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਈ, ਜਿਸ 'ਚ ਐਟਮੋਸਫੀਅਰ ਨਾਂ ਦਾ ਝੂਲਾ ਹਵਾ 'ਚ ਰੁਕਿਆ ਨਜ਼ਰ ਆ ਰਿਹਾ ਹੈ। ਪੋਰਟਲੈਂਡ ਫਾਇਰ ਐਂਡ ਰੈਸਕਿਊ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ ਫਾਇਰ ਕਰਮੀਆਂ ਨੇ ਓਕ ਪਾਰਕ ਦੇ ਇੰਜੀਨੀਅਰਸ ਨਾਲ ਮਿਲ ਕੇ ਝੂਲੇ ਨੂੰ ਹੇਠਾਂ ਉਤਾਰਿਆ ਅਤੇ ਲੋੜ ਪੈਣ 'ਤੇ ਰੱਸੀਆਂ ਦੀ ਮਦਦ ਨਾਲ ਲੋਕਾਂ ਨੂੰ ਹੇਠਾਂ ਉਤਾਰਨ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਕਿ ਝੂਲੇ 'ਤੇ ਸਵਾਰ ਸਾਰੇ ਲੋਕ ਸੁਰੱਖਿਅਤ ਨੇ। 92 ਸਾਲ ਦੀ ਉਮਰ 'ਚ ਅਮਰੀਕਾ ਦੀ ਸਭ ਤੋਂ ਅਮੀਰ ਸੈਲਫ ਮੇਡ ਔਰਤ ਬਣੀ ਜੁਆਨ ਪੇਡੇਨ ਦੀ ਅਨਿਸ਼ਚਿਤਤਾ 'ਚ ਫਸੇ ਉੱਦਮੀਆਂ ਨੂੰ ਇੱਕ ਸਲਾਹ ਏ। ਉਹਨਾਂ ਨੇ ਕਿਹਾ, ਜਦੋਂ ਤੁਸੀਂ ਪਾਣੀ 'ਚ ਛਾਲ ਮਾਰਦੇ ਹੋ ਤਾਂ ਡੁੱਬਣ ਬਾਰੇ ਨਾ ਸੋਚੋ, ਤੁਹਾਨੂੰ ਤੈਰਨਾ ਹੋਵੇਗਾ, ਹਰ ਸਥਿਤੀ 'ਚ ਕਾਮਯਾਬ ਹੋਣਾ ਹੋਵੇਗਾ। ਫੋਰਬਸ ਮੁਤਾਬਕ ਜੁਆਨ ਦੀ ਜਾਇਦਾਦ ਲਗਭਗ 5,850 ਕਰੋੜ ਰੁਪਏ, ਉਸ ਦੀ ਮਨੀ ਮੈਨੇਜਮੈਂਟ ਫਰਮ ਲਗਭਗ 13.54 ਲੱਖ ਕਰੋੜ ਰੁਪਏ ਦੀ ਜਾਇਦਾਦ ਦਾ ਪ੍ਰਬੰਧਨ ਕਰ ਰਹੀ ਹੈ। 50 ਦੇ ਦਹਾਕੇ 'ਚ ਔਰਤਾਂ ਲਈ ਇੰਜੀਨੀਅਰਿੰਗ ਅਤੇ ਵਿੱਤ ਖੇਤਰ ਇੱਕ ਚੁਣੌਤੀ ਸਨ। ਡਰਬੀ ਦੇ ਕਨੈਕਟਿਕਟ 'ਚ 1931 'ਚ ਜਨਮ ਲੈਣ ਵਾਲੀ ਜੁਆਨ ਕਿਸ਼ੋਰ ਅਵਸਥਾ ਤੱਕ ਇੰਡੋਨੇਸ਼ੀਆ 'ਚ ਰਹੀ। ਅਮਰੀਕਾ ਵਾਪਸ ਆਉਣ ਤੋਂ ਬਾਅਦ ਉਸਨੇ ਟ੍ਰਿਨਿਟੀ ਕਾਲਜ ਤੋਂ ਭੌਤਿਕ ਵਿਗਿਆਨ ਅਤੇ ਗਣਿਤ 'ਚ ਦੋਹਰੀ ਬੈਚਲਰ ਡਿਗਰੀ ਹਾਸਲ ਕੀਤੀ। ਉਸ ਸਮੇਂ ਇਹ ਕਿਸੇ ਔਰਤ ਲਈ ਵੱਡੀ ਪ੍ਰਾਪਤੀ ਸੀ। 1950 'ਚ ਉਸਨੇ ਨਿਊ ਜਰਸੀ 'ਚ ਇੱਕ ਤੇਲ ਰਿਫਾਈਨਰੀ ਬਿਲਡਿੰਗ ਕੰਪਨੀ 'ਚ ਇੱਕ ਇੰਜੀਨੀਅਰ ਵਜੋਂ ਕੰਮ ਕੀਤਾ, ਪਰ ਛਾਂਟੀ ਕਰਕੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਉਹ ਉਸਦੇ ਕੈਰੀਅਰ ਦਾ ਟਰਨਿੰਗ ਪੁਆਇੰਟ ਸੀ। ਉਹਨਾਂ ਨੇ ਤੁਰੰਤ ਆਪਣਾ ਖੇਤਰ ਬਦਲ ਕੇ ਵਿੱਤ 'ਚ ਜੁੜਨ ਦਾ ਫੈਸਲਾ ਕੀਤਾ। ਉਸਨੇ ਨਿਵੇਸ਼ ਪ੍ਰਬੰਧਨ ਫਰਮ ਮੈਰਿਲ ਲਿੰਚ ਨਾਲ ਜੁੜ ਲਿਆ, ਪਰ ਇੱਥੇ ਉਸਨੂੰ 25% ਘੱਟ ਤਨਖਾਹ 'ਤੇ ਰੱਖਿਆ ਗਿਆ, ਕਿਉਂਕਿ ਉਸਨੂੰ ਬੌਂਡ ਅਤੇ ਸਟਾਕ 'ਚ ਫਰਕ ਨਹੀਂ ਪਤਾ ਸੀ। ਹੌਲੀ ਹੌਲੀ ਉਸਦੀ ਪ੍ਰਤਿਭਾ 'ਚ ਜਗਤ ਨੂੰ ਪਤਾ ਲੱਗਣੀ ਸ਼ੁਰੂ ਹੋਈ। ਉਹ ਨਿਵੇਸ਼ ਸਲਾਹਕਾਰ ਫਰਮ ਸਕੂਡਰ ਸਟੀਵਨਸ ਐਂਡ ਕਲਾਰਕ ਦੀ ਪਹਿਲੀ ਮਹਿਲਾ ਸਾਥੀ ਬਣ ਗਏ। ਹਾਲਾਂਕਿ ਜੁਆਨ ਨੂੰ ਬਾਅਦ 'ਚ ਪਤਾ ਲੱਗਾ ਕਿ ਉਹ ਫਰਮ ਦੀ ਪਹਿਲੀ ਪਸੰਦ ਨਹੀਂ ਸੀ, ਕਿਉਂਕਿ ਉਹ ਫਰਮ ਦੇ ਪੁਰਸ਼ਾਂ ਨਾਲ ਗੋਲਫ ਨਹੀਂ ਖੇਡਦੀ ਸੀ। ਇਸ ਕਾਰਨ ਉਸਨੂੰ ਤਰੱਕੀ ਤੋਂ ਵੀ ਵਾਂਝਾ ਰੱਖਿਆ ਗਿਆ। ਉਸਨੇ ਨੇਟਰੇ ਡੈਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ 10 ਸਾਲਾਂ ਬਾਅਦ ਮੁੜ ਨਹੀਂ ਲੱਭਣਾ ਚਾਹੁੰਦੀ ਜਿੱਥੇ ਉਸਨੇ ਸ਼ੁਰੂ ਕੀਤਾ ਸੀ।
ਇਸ ਲਈ 1983 'ਚ ਉਸਨੇ ਆਪਣੀ ਕਮਾਈ ਦੇ 42 ਲੱਖ ਰੁਪਏ ਦਾ ਨਿਵੇਸ਼ ਕੀਤਾ ਅਤੇ ਸਹਿ ਸੰਸਥਾਪਕ ਸੈਂਡਰਾ ਰਾਈਗਲ ਦੇ ਨਾਲ ਫਰਮ ਪੇਡਨ ਐਂਡ ਰਾਈਗਲ ਦੀ ਸਹਿ ਸਥਾਪਨਾ ਕੀਤੀ ਜੋ ਸਥਿਰ ਆਮਦਨ ਅਤੇ ਗਲੋਬਲ ਬਾਜ਼ਾਰਾਂ 'ਤੇ ਕੇਂਦਰਿਤ ਸੀ। 4 ਦਹਾਕਿਆਂ 'ਚ ਇਹ ਫਰਮ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਨਿੱਜੀ ਪ੍ਰਬੰਧਨ ਫਰਮਾਂ 'ਚੋਂ ਇੱਕ ਬਣ ਗਈ। ਨਾਲ ਹੀ ਇਹ ਲਗਭਗ 13.54 ਲੱਖ ਕਰੋੜ ਰੁਪਏ ਦੀ ਜਾਇਦਾਦ ਦਾ ਪ੍ਰਬੰਧਨ ਕਰ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ 'ਤੇ। ਬਦਲ ਸਕਦੀ ਹੈ ਕੈਨੇਡਾ ਦੀ ਪੋਸਟ ਸਟੱਡੀ ਵਰਕ ਪਰਮਿਟ ਸਕੀਮ। ਕੈਨੇਡਾ 'ਚ ਪੜ੍ਹਾਈ ਕਰ ਰਹੇ ਲੱਖਾਂ ਸਟੂਡੈਂਟਸ 'ਤੇ ਹੋਵੇਗਾ ਅਸਰ। ਇਲਜ਼ਾਮਾਂ ਤੋਂ ਬਾਅਦ ਟਰੂਡੋ ਅਤੇ ਮੋਦੀ ਦੀ ਹੋਈ ਮੁਲਾਕਾਤ। G7 ਸੰਮੇਲਨ ਲਈ ਦੋਵੇਂ ਲੀਡਰ ਪਹੁੰਚੇ ਹੋਏ ਨੇ ਇਟਲੀ। ਜਗਮੀਤ ਸਿੰਘ ਨੇ ਵਿਦੇਸ਼ੀ ਤਾਕਤਾਂ ਦੀ ਮਦਦ ਕਰਨ ਵਾਲਿਆਂ ਨੂੰ ਦੱਸਿਆ ਦੇਸ਼ ਧਰੋਹੀ। ਜਗਮੀਤ ਸਿੰਘ ਨੇ ਕਿਹਾ ਕਿ ਉਹ ਖੁਦ ਵੀ ਵਿਦੇਸ਼ੀ ਦਖਲ ਦਾ ਨਿਸ਼ਾਨਾ ਬਣ ਚੁੱਕੇ ਨੇ। ਸਾਬਕਾ ਏਅਰ ਕੈਨੇਡਾ ਮੈਨੇਜਰ ਕਰੇਗਾ ਆਤਮ ਸਮਰਪਣ। ਸੋਨੇ ਦੀ ਚੋਰੀ ਦੇ ਮਾਮਲੇ 'ਚ ਲੋੜੀਂਦਾ ਹੈ ਆਰੋਪੀ ਪੰਜਾਬੀ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।